ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਾਜਪ੍ਰੀਤ ਕੌਰ ਜੀ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਅਸੀਂ ਵੀ ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਰਿਕੁਐਸਟ ਆ ਜੀ, ਜਿਹੜੇ ਨਵੇਂ ਵੀਵਰ ਸਾਰੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਅਤੇ ਬੈੱਲ ਆਈਕਨ ਜ਼ਰੂਰ ਪ੍ਰੈਸ ਕਰਨ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ। ਅਤੇ ਆਪਾਂ ਅੱਜ ਜਿਹੜੇ ਸੂਟ ਲੈ ਕੇ ਆਏ ਹੈਗੇ, ਉਹ ਹੈਗੇ ਆ ਜੀ ਵਰਕ ਵਾਲੇ ਸੂਟ, ਅਤੇ ਕੁਛ ਵਿੱਚ ਪ੍ਰਿੰਟ ਵਾਲੇ ਸੂਟ ਵੀ ਆ। ਅਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਉਣਗੇ। ਅਤੇ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ, ਆਪਣਾ ਜਿਹੜਾ ਨੰਬਰ ਚੱਲ ਰਿਹਾ ਉਹ ਨੰਬਰ ਦੇ ਉੱਪਰ ਤੁਸੀਂ ਵਟਸਐਪ 'ਤੇ ਸਕਰੀਨਸ਼ੋਟ ਲੈ ਕੇ ਵਟਸਐਪ 'ਤੇ ਭੇਜ ਦਿਓ, ਅਤੇ ਆਪਣੇ ਸੂਟ ਦਾ ਔਡਰ ਆ ਜਿਹੜਾ ਕਰ ਸਕਦੇ ਹੋਗੇ। ਅਤੇ ਜੇ ਕਿਸੇ ਭੈਣ ਨੇ ਕੋਈ ਵੀ ਵਰਕ ਕਰਵਾਉਣਾ ਹੋਵੇ, ਕੋਈ ਵੀ ਡਿਜ਼ਾਇਨ ਆਪਣਾ ਭੇਜ ਕੇ ਆਪਾਂ ਤੋਂ ਜਿਹੜਾ ਵਰਕ ਆ ਉਹ ਕਰਵਾ ਸਕਦੇ ਨੇ। ਆਪਣੇ ਕੋਲ ਸਾਰਾ ਹੈਗਾ ਗਾ, ਹੈਂਡ ਵਰਕ ਦਾ ਵੀ ਆ, ਅਤੇ ਹੈਂਡ ਵਰਕ, ਮਸ਼ੀਨ ਵਰਕ, ਆਰੀ ਵਰਕ, ਜਿਹੜਾ ਵੀ ਤੁਸੀਂ ਵਰਕ ਕਰਵਾਉਣਾ ਹੋਇਆ ਆਪਣਾ ਜਿਹੜਾ ਡਿਜ਼ਾਇਨ ਭੇਜ ਕੇ ਤੁਸੀਂ ਬਣਵਾ ਸਕਦੇ ਹੋਗੇ। ਅਤੇ ਜੇ ਤੁਸੀਂ ਸਾਡੇ ਡਿਜ਼ਾਇਨ ਲੈਣੇ ਆ ਤਾਂ ਸਾਨੂੰ ਮੈਸੇਜ ਕਰਕੇ ਸਾਨੂੰ ਡਿਜ਼ਾਇਨ ਮੰਗਵਾ ਕੇ ਵੀ ਸੂਟ ਬਣਵਾ ਸਕਦੇ ਹੋਗੇ। ਚਲੋ ਜੀ, ਵੀਡੀਓ ਸ਼ੁਰੂ ਕਰਦੇ ਹਾਂਗੇ। ਅਤੇ ਪਹਿਲਾਂ ਸੂਟ ਦਿਖਾਉਣੇ ਆ, ਆਪਣੇ ਕੋਲ ਕੁਛ ਸੂਟ ਬਣੇ ਹੋਏ ਹੈਗੇ ਸੀਗੇ। ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨਸ਼ੋਟ ਲੈ ਕੇ ਤੁਸੀਂ ਆਪਣੇ ਸੂਟਾਂ ਦਾ ਔਡਰ ਦੇ ਸਕਦੇ ਹੋਗੇ। ਇਹ ਸੂਟ ਹੈਗਾ ਜੀ ਰੂਹੀ ਸਿਲਕ ਦੇ ਉੱਪਰ, ਰੂਹੀ ਸਿਲਕ ਦੇ ਉੱਪਰ ਸੂਟ ਹੈਗਾ, ਅਤੇ ਪਿਸਤਾ ਇਹਦਾ ਕਲਰ ਹੈਗਾ, ਆਹ ਘੇਰੇ ਦਾ ਵਰਕ ਆਊਗਾ, ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਹੈਗਾ। ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ, ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਹੈਗਾ। ਅਤੇ ਘੇਰੇ 'ਤੇ ਅਤੇ ਬਾਹਾਂ 'ਤੇ ਪਿਆਜ ਦੀ ਬਾਜੂ 'ਤੇ ਵਰਕ ਹੋਇਆ ਹੋਇਆ ਜੀ, ਰੂਹੀ ਸਿਲਕ ਦਾ ਸੂਟ ਹੈਗਾ, ਆਹ ਬਾਜੂ 'ਤੇ ਵਰਕ ਹੋਇਆ ਹੋਇਆ ਹੈਗਾ। ਅਤੇ ਸੂਟ ਦਾ ਤੁਹਾਨੂੰ ਦੱਸਦੇ ਹਾਂ ਪ੍ਰਾਈਜ, ਪਿਸਤਾ ਕਲਰ ਆ ਜੀ ਇਹ ਸੂਟ ਦਾ, ਮਹਿਰੂਨ ਕਲਰ ਨਾਲ ਇਹਦੇ 'ਤੇ ਵਰਕ ਹੋਇਆ ਹੋਇਆ, ਸ਼ੇਡ ਦਾ ਕੰਮ ਹੋਇਆ ਹੋਇਆ ਜੀ, ਸ਼ੇਡ ਦਾ ਕੰਮ ਹੋਇਆ ਹੋਇਆ ਹੈਗਾ। ਅਤੇ ਜੇ ਤੁਹਾਨੂੰ ਇਹ ਪਸੰਦ ਆ, ਸਕਰੀਨਸ਼ੋਟ ਲੈ ਕੇ ਆਪਣਾ ਔਡਰ ਤੁਸੀਂ ਦੇ ਸਕਦੇ ਹੋਗੇ। ਇਹ ਸੂਟ ਦਾ ਪ੍ਰਾਈਜ ਆ ਜਿਹੜਾ ਉਹ ਹੈਗਾ ਜੀ 1250 ਰੁਪਇਆ, 1250 ਰੁਪਇਆ ਪ੍ਰਾਈਜ ਆ। ਰੂਹੀ ਸਿਲਕ ਦਾ ਸੂਟ ਹੈਗਾ, ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ। ਅਤੇ ਅਗਲਾ ਸੂਟ ਦਿਖਾਉਂਦੇ ਹਾਂ ਤੁਹਾਨੂੰ, ਇਹ ਸੂਟ ਹੈਗਾ ਜੀ ਜੋਰਜਟ ਦੇ ਵਿੱਚ, ਪੈਰਟ ਕਲਰ ਦਾ ਸੂਟ ਹੈ ਇਹ। ਅਤੇ ਇਹ ਜੋਰਜਟ ਦਾ ਤੁਸੀਂ ਇਹਨਾਂ ਸੂਟਾਂ ਦਾ ਘੇਰਾ ਜਿੰਨਾ ਮਰਜ਼ੀ ਬਣਾ ਸਕਦੇ ਹੋ, ਇਹ 20 ਤੋਂ 22 ਤੱਕ ਘੇਰਾ ਬਣੂਗਾ, 22 ਤੋਂ ਵੱਧ ਵੀ ਬਣ ਜੂਗਾ। ਅਤੇ ਇਹ ਜੋਰਜਟ ਦੇ ਵਿੱਚ ਆ ਸੂਟ, ਇਹ ਵੀ ਬਹੁਤ ਸੋਹਣਾ ਗਾ, ਬਹੁਤ ਸੋਹਣਾ ਸਟੱਫ ਹੈਗਾ, ਕੋਈ ਇਹ ਖਰਾਬ ਨਹੀਂ ਹੁੰਦਾ, ਸਿੱਜਦਾ ਨਹੀਂ ਹੈਗਾ, ਜਿਵੇਂ ਇੰਨਾ ਸੋਹਣਾ ਵਰਕ ਹੋਇਆ ਹੋਇਆ ਕੁਛ ਨਹੀਂ ਸਿੱਜਿਆ ਹੈਗਾ ਬਿਲਕੁਲ, ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਜੋਰਜਟ ਦੇ ਉੱਪਰ ਇਹ ਵਰਕ ਹੈਗਾ। ਇਹ ਸੂਟ ਦਾ ਪ੍ਰਾਈਜ਼ ਵੀ 1200 ਰੁਪਇਆ ਜੀ। ਪੈਰਟ ਕਲਰ ਆ, ਮਹਿਰੂਨ ਨਾਲ ਵਰਕ ਹੋਇਆ ਹੋਇਆ, ਸ਼ੇਡ ਦਾ ਕੰਮ ਹੋਇਆ ਹੋਇਆ ਜੀ, ਬਹੁਤ ਜ਼ਿਆਦਾ ਸੋਹਣੀਆਂ ਬੇਲਾਂ ਬਣੀਆਂ ਹੋਈਆਂ ਨੇ। ਅਤੇ ਆਹ ਹੈਗੀਆਂ ਜੀ ਇਹਦਾ ਬਾਜੂ ਦਾ ਕੰਮ, ਦੇਖ ਸਕਦੇ ਹੋ। ਅਤੇ ਤੁਸੀਂ ਇਹਨੂੰ ਨਾਲ ਲੈਸ ਲਾ ਕੇ ਸਟੀਚਿੰਗ ਦੇ ਕੇ ਬਹੁਤ ਸੋਹਣਾ ਸੂਟ ਆ ਜਿਹੜਾ ਰੈਡੀ ਕਰ ਸਕਦੇ ਹੋਗੇ। ਅਤੇ ਜੇ ਤੁਹਾਨੂੰ ਪਸੰਦ ਆ, ਸਕਰੀਨਸ਼ੋਟ ਲੈ ਕੇ ਆਪਣਾ ਔਡਰ ਤੁਸੀਂ ਦਿਓ ਦਿਓ ਜੀ, 1200 ਰੁਪਏ ਦਾ ਪ੍ਰਾਈਜ ਆਏਗਾ। ਅਗਲਾ ਸੂਟ ਹੈਗਾ ਜੀ ਪਿੰਕ ਕਲਰ ਦਾ, ਪੀਚ ਪਿੰਕ ਕਲਰ ਹੈ ਜੀ ਇਹ ਵਾਲਾ, ਇਹ ਵੀ ਘੇਰੇ ਦਾ ਵਰਕ ਹੋਇਆ ਹੋਇਆ ਗਾ, ਇਹ ਵੀ ਬਹੁਤ ਸੋਹਣਾ ਗਾ ਜੀ, ਬਹੁਤ ਸੋਹਣਾ ਵਰਕ ਹੋਇਆ ਹੋਇਆ, ਨੀਟ ਐਂਡ ਕਲੀਨ ਸੂਟ ਪਾੜ ਜੂ ਆ ਜੀ, ਪਰ ਵਰਕ ਨਹੀਂ ਖਰਾਬ ਹੁੰਦਾ ਹੈਗਾ, ਇਹ ਗਰੰਟੀ ਆ, ਬਹੁਤ ਸੋਹਣਾ ਕੰਮ ਕਰਿਆ ਹੋਇਆ ਹੈਗਾ। ਅਤੇ ਜੇ ਤੁਸੀਂ ਹੋਰ ਕਿਸੇ ਨੇ ਵੀ ਕੋਈ ਵੀ ਡਿਜ਼ਾਇਨ ਬਣਵਾਉਣਾ, ਤੁਸੀਂ ਆਪਣਾ ਔਡਰ ਆ ਜਿਹੜਾ ਦੇ ਸਕਦੇ ਹੋਗੇ। ਅਤੇ ਇਹ ਸਟੱਫ ਹੈਗਾ ਗਾ,
ਸਿਲਕ ਦੇ ਵਿੱਚ ਹੈ ਜੀ ਇਹ ਸਟਫ ਕਿਆ ਹੈਗੀ ਹੈ ਜੀ ਇਹਦੀ ਬਾਜੂ ਬਾਜੂ ਦੇ ਬਾਜੂ ਬਹੁਤ ਸੋਹਣਾ ਸੂਟ ਪੱਟ ਕੇ ਇਹ ਰੈਡੀ ਹੋਊਗਾ ਜੀ ਜੇ ਤੁਹਾਨੂੰ ਪਸੰਦ ਆ ਸਕਰੀਨਸ਼ੋਟ ਲੈ ਸਕਦੇ ਹੋ ਅਤੇ 1300 ਰੁਪਇਆ ਇਹ ਸੂਟ ਦਾ ਪ੍ਰਾਈਜ ਹੋਊਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਅਤੇ ਕਲਰ ਤੁਹਾਨੂੰ ਦਿਖਾਤਾ ਜੀ ਜੇ ਤੁਹਾਡੇ ਪਸੰਦ ਆ ਜੇ ਤੁਸੀਂ ਇਹਦੇ ਨਾਲ ਦੁਪੱਟੇ ਵੀ ਲਗਵਾਉਣੇ ਆ ਦੁਪੱਟੇ ਵੀ ਲਗਵਾ ਸਕਦੇ ਹੋਗੇ ਜਿਵੇਂ ਫਿਰੋਜ਼ੀ ਕਲਰ ਅਤੇ ਮਹਿਰੂਨ ਕਲਰ ਦਾ ਟਾਈਡ ਦੁਪੱਟਾ ਕਰਕੇ ਵੀ ਬਹੁਤ ਸੋਹਣਾ ਸੂਟ ਆ ਜਿਹੜਾ ਰੈਡੀ ਹੋਊਗਾ ਅਤੇ ਜੇ ਤੁਸੀਂ ਦੁਪੱਟੇ ਨਾਲ ਲੈਣੇ ਹੋਏ ਤਾਂ ਸਾਨੂੰ ਤੁਸੀਂ ਆਪਣਾ ਔਡਰ ਤੁਸੀਂ ਦੇ ਸਕਦੇ ਹੋਗੇ ਆਪਾਂ ਤੁਹਾਨੂੰ ਦੁਪੱਟੇ ਵੀ ਦੇਵਾਂਗੇ ਜੀ ਨਾਲ ਤਿਆਰ ਕਰਵਾ ਕੇ ਅਤੇ ਜੇ ਤੁਸੀਂ ਸਟਿਚਿੰਗ ਕਰਵਾ ਕੇ ਲੈਣਾ ਸਟਿਚਿੰਗ ਕਰਕੇ ਵੀ ਲੈ ਸਕਦੇ ਹੋ ਅਗਲਾ ਸੂਟ ਹੈਗਾ ਜੀ ਕੌਫੀ ਕਲਰ ਦਾ ਇਹ ਸੂਟ ਦਾ ਬਹੁਤ ਜ਼ਿਆਦਾ ਟ੍ਰੈਂਡ ਸੀ ਹੈਗਾ ਗਾ ਯਾਨੀ ਕਿ ਬਹੁਤ ਜ਼ਿਆਦਾ ਇਹ ਚੱਲ ਰਿਹਾ ਹੈਗਾ ਸੂਟ ਅਤੇ ਇਹਦੇ ਆ ਬਾਹਾਂ 'ਤੇ ਵਰਕ ਆਊਗਾ ਅਤੇ ਸਲਵਾਰ 'ਤੇ ਇਹਦੀ ਸਟੇਟ ਸਲਵਾਰ ਬਣੂਗਾ ਵੈਸੇ ਇਹ ਜ਼ਿਆਦਾਤਰ ਥੋੜ੍ਹਾ ਜਿਹਾ ਲੰਬੇ ਕੱਦ ਦੀ ਜਿਹੜੀ ਭੈਣ ਹੋਊਗੀ ਉਹ ਤਾਂ ਜ਼ਿਆਦਾ ਸੋਹਣਾ ਲੱਗੂਗਾ ਸੂਟ ਪਾਇਆ ਅਤੇ ਕਿਉਂਕਿ ਕਾਫੀ ਵਰਕ ਹੋ ਜੂਗਾ ਇੱਥੋਂ ਤੱਕ ਆਊਗਾ ਵੀ ਗੋਡਿਆਂ ਤੱਕ ਆਪਣਾ ਵਰਕ ਆ ਜੂਗਾ ਇਹ ਅਤੇ ਆਹ ਹੈਗੀ ਇਹਦੀ ਬਾਜੂ ਦਾ ਵਰਕ ਇਹਦੀਆਂ ਪੂਰੀਆਂ ਬਾਜੂ ਬਣਨਗੀਆਂ ਅਤੇ ਇਹਦਾ ਵਰਕ ਆਊਗਾ ਜੀ ਬਾਜੂ ਇਹ ਵੀ ਬਹੁਤ ਸੋਹਣਾ ਗਾ ਅਤੇ ਇਹਦਾ ਜਿਹੜਾ ਆਪਣਾ ਸਟਫ ਕਲਰ ਹੈਗਾ ਜੀ ਇਹ ਆਪਣਾ ਕੌਫੀ ਕਲਰ ਆ ਜੀ ਕੌਫੀ ਕਲਰ ਇਹ ਵੀ ਰੂਹੀ ਸਿਲਕ ਦੇ ਵਿੱਚ ਹੀ ਹੈ ਜੀ ਜੇ ਤੁਹਾਨੂੰ ਪਸੰਦ ਆ ਸਕਰੀਨਸ਼ੋਟ ਲੈ ਕੇ ਆਪਣਾ ਔਡਰ ਦੇ ਸਕਦੇ ਹੋਗੇ ਅਤੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹਦਾ ਸੂਟ ਦਾ ਪ੍ਰਾਈਜ਼ ਹੈਗਾ ਜੀ 2600 ਰੁਪਇਆ ਪ੍ਰਾਈਜ਼ ਹੈ ਜੀ ਇਹ ਸੂਟ ਦਾ ਜੇ ਕਿਸੇ ਵੀ ਭੈਣ ਨੇ ਸੂਟ ਲੈਣਾ ਹੋਵੇ ਲੈ ਸਕਦੀ ਹੈਗੀ ਆਪਣੇ ਕੋਲ ਰੈਡੀ ਆ ਜੇ ਤੁਸੀਂ ਇਹ ਸੂਟ ਦਾ ਔਡਰ ਦੇ ਕੇ ਬਣਵਾਉਣਾ ਹੋਇਆ ਇਹ 3000 ਤੋਂ ਪਲੱਸ ਸੂਟ ਆ ਜਿਹੜਾ ਰੈਡੀ ਹੋਊਗਾ ਜੀ ਆਪਾਂ ਤੁਹਾਨੂੰ ਦੇ ਰਹੇ ਹਾਂ 2600 ਰੁਪਏ ਦੇ ਵਿੱਚ ਕਿਉਂਕਿ ਆਪਣਾ ਇਹ ਰੈਡੀ ਪਿਆ ਹੈਗਾ ਸੂਟ ਤਾਂ ਕਰਕੇ ਜੇ ਤੁਸੀਂ ਔਡਰ 'ਤੇ ਬਣਵਾਓਗੇ ਤਾਂ ਇਹ ਮਹਿੰਗਾ ਬਣੂਗਾ ਅਤੇ ਜੇ ਤੁਸੀਂ ਇਹਦੇ ਨਾਲ ਦੁਪੱਟਾ ਵੀ ਲਗਵਾਉਣਾ ਹੋਇਆ ਉਹ ਵੀ ਦੱਸ ਸਕਦੇ ਹੋ ਦੁਪੱਟਾ ਵੀ ਆਪਾਂ ਟਾਈ ਕਰਕੇ ਦੇਵਾਂਗੇ ਜੀ ਹਾਂਜੀ ਅਗਲਾ ਸੂਟ ਹੈਗਾ ਗਾ ਪੈਰਟ ਕਲਰ ਦਾ ਇਹਦੇ ਵਿੱਚ ਬਹੁਤ ਘੱਟ ਵਰਕ ਹੋਇਆ ਹੋਇਆ ਗਾ ਇਹ ਦੀਆਂ ਬਾਹਾਂ 'ਤੇ ਵਰਕ ਆਊਗਾ ਜੀ ਪਹਿਲਾਂ ਘੇਰਾ ਦੇਖ ਲਓ ਜੀ ਇਹ ਫੁਲਕਾਰੀ ਦਾ ਵਰਕ ਹੋਇਆ ਹੋਇਆ ਘੇਰੇ 'ਤੇ ਬਣੂਗਾ ਪਿਓਰ ਮਸਲੀਨ ਦਾ ਸੂਟ ਹੈ ਜੀ ਇਹ ਪਿਓਰ ਮਸਲੀਨ ਦਾ ਸੂਟ ਹੈਗਾ ਆ ਇਹਦਾ ਜਿਹੜਾ ਬਾਹਾਂ ਦਾ ਵਰਕ ਆਊਗਾ ਉਹਦਾ ਸੋਰੀ ਘੇਰੇ ਦਾ ਵਰਕ ਹੋਊਗਾ ਜੀ ਆਹ ਵਾਲਾ ਅਤੇ ਆਹ ਵਾਲਾ ਹੋਊਗਾ ਜੀ ਇਹਦਾ ਬਾਜੂ ਵਰਕ ਜੇ ਤੁਹਾਨੂੰ ਪਸੰਦ ਆ ਸਕਰੀਨਸ਼ੋਟ ਲੈ ਕੇ ਆਪਣਾ ਔਡਰ ਤੁਸੀਂ ਦੇ ਸਕਦੇ ਹੋ ਕਿ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਤੁਸੀਂ ਇਹਦੇ ਨਾਲ ਪਲਾਜ਼ੋ ਵੀ ਬਣਾ ਸਕਦੇ ਹੋ ਸ਼ਰਾਰਾ ਵੀ ਬਣਾ ਸਕਦੇ ਹੋ ਅਤੇ ਸਲਵਾਰ ਵੀ ਬਣਾ ਸਕਦੇ ਹੋ ਉਹ ਤੁਹਾਡੀ ਇੱਛਾ ਜੀ ਅਤੇ ਪੈਰਟ ਕਲਰ ਦਾ ਸੂਟ ਆ ਅਤੇ ਪਿਓਰ ਮਸਲੀਨ ਦੇ ਵਿੱਚ ਸੂਟ ਆ ਜੀ ਇਹ ਪਿਓਰ ਮਸਲੀਨ ਦੇ ਵਿੱਚ ਸੂਟ ਹੈਗਾ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1450 1450 ਰੁਪਇਆ ਪ੍ਰਾਈਜ਼ ਰਹੂਗਾ ਜੀ ਇਹ ਸੂਟ ਦਾ ਬਹੁਤ ਸੋਹਣਾ ਬਣ ਕੇ ਸੂਟ ਰੈਡੀ ਹੋਊਗਾ ਪਿਓਰ ਮਸਲੀਨ ਦੇ ਵਿੱਚ ਆ ਸਾਰੇ ਵਿਦੇ ਵਿੱਚ ਹੈਗਾ ਜਿਹੜਾ ਛਿੰਬ ਜਿਹੇ ਬਣੇ ਹੋਏ ਨੇ ਯਾਨੀ ਕਿ ਸੈਲਫ ਪ੍ਰਿੰਟ ਆ ਇਹਦੇ ਵਿੱਚ ਸੂਟ ਦੇ ਵਿੱਚ ਬਹੁਤ ਸੋਹਣਾ ਸੂਟ ਬਣ ਗਿਆ ਅਗਲਾ ਸੂਟ ਕਿੱਥੋਂ ਹੈ ਤੁਹਾਨੂੰ ਇਹ ਹੈਗਾ ਜੀ ਰਾਮਟੈਕਸ ਦੇ ਉੱਪਰ ਇਹ ਸੂਟ ਰਾਮਟੈਕਸ ਕਾਟਨ ਦੇ ਉੱਪਰ ਬਣਿਆ ਹੋਇਆ ਹੈਗਾ ਇਹ ਵਰਕ ਹੋਇਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਸੂਟ ਲੰਬਾਈ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਜੀ ਕੋਈ ਦਿੱਕਤ ਨਹੀਂ ਹੈਗੀ
ਤੇ ਆ ਹੈਗਾ ਇਹਦਾ ਬਾਹਾਂ ਦਾ ਬੱਚ ਆ ਬਾਜੂ ਤੇ ਆਊਗਾ ਜੀ। ਲੰਬਾਈ ਦਾ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਜੀ, ਜਿਵੇਂ ਮਰਜ਼ੀ ਬਣਾਈ ਚਾਹੀਦੇ ਉੱਦਾਂ ਹੀ ਬਣ ਜੂ ਬੱਚ। ਤੇ ਇਹ ਮਜੈਂਟਾ ਜਿਹਾ ਕਲਰ ਹੈਗਾ, ਜਿਵੇਂ ਹੁਣ ਆਪਾਂ ਇਹ ਸੂਟ ਸਿਲਾਈ ਕਰਨਾ ਹੋਵੇ ਕੋਈ ਲਾਈਨਿੰਗ ਨਹੀਂ ਲੱਗਦੀ, ਇਹਦੇ ਵਿਦਾਊਟ ਲਾਈਨਿੰਗ ਤੋਂ ਸੂਟ ਇਹ ਬਣੂਗਾ ਜੀ। ਅਤੇ ਇਹਦਾ ਪ੍ਰਾਈਜ਼ ਵੀ ਬਹੁਤ ਘੱਟ ਹੈਗਾ, ਇਹਦਾ 1000 ਰੁਪਇਆ ਪ੍ਰਾਈਜ਼ ਹੈ ਜੀ ਸੂਟ ਦਾ। ਜੇ ਤੁਹਾਨੂੰ ਪਸੰਦ ਆ ਸਕਰੀਨਸ਼ੋਟ ਲੈ ਕੇ ਆਪਣਾ ਔਡਰ ਦੇ ਸਕਦੇ ਹੋ, ਸਿਰਫ 1000 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਆ ਜਿਹੜਾ ਆਪਣਾ ਘਰ ਬੈਠੇ ਮੰਗਵਾ ਸਕਦੇ ਹੋ ਫ੍ਰੀ ਸ਼ਿਪਿੰਗ। ਬਹੁਤ ਸੋਹਣਾ ਡਿਜ਼ਾਇਨ ਦਾ ਬਣਿਆ ਹੋਇਆ ਹੈਗਾ, ਅਤੇ ਜਿੱਦਾਂ ਜੇ ਟਾਈ ਟਾਈ ਦੁਪੱਟੇ ਨਾਲ ਬਹੁਤ ਜ਼ਿਆਦਾ ਸੋਹਣਾ ਇਹ ਸੂਟ ਆ ਜਿਹੜਾ ਰੈਡੀ ਹੋ। ਅਗਲਾ ਸੂਟ ਹੈਗਾ ਜੀ ਆਹ ਸੂਟ ਤੇ ਆਊਗਾ ਜੀ ਘੇਰੇ ਤੇ ਕੰਮ, ਘੇਰੇ ਤੇ ਵਰਕ ਆਊਗਾ ਜੀ। ਫਿਰੋਜ਼ੀ ਕਲਰ ਦਾ ਸੂਟ ਆ ਇਹ, ਸੇਮ ਕਲਰ ਆ ਰਿਹਾ, ਸੇਮ ਕਲਰ ਆ ਰਿਹਾ ਹੈਗਾ ਵਿੱਚ। ਅਤੇ ਰਾਮਟੈਕਸ ਦੇ ਸੂਟ ਆ ਜੀ ਇਹ, ਇਹਦੇ ਉੱਪਰ ਮੋੜ ਲੱਗੀ ਹੈ ਸਪੈਸ਼ਲ, ਅਤੇ ਰਾਮਟੈਕਸ ਦੇ ਆ। ਅਤੇ ਆਹ ਇਹਦੀਆਂ ਬਾਹਾਂ ਦਾ ਵਰਕ ਆ, ਤੁਸੀਂ ਚਾਹੋ ਤਾਂ ਬਾਹਾਂ 'ਤੇ ਰੱਖ ਸਕਦੇ ਹੋ, ਤੁਸੀਂ ਚਾਹੋ ਤਾਂ ਮੂਰੀਆਂ 'ਤੇ ਰੱਖ ਸਕਦੇ ਹੋ, ਉਹ ਤੁਹਾਡੀ ਇੱਛਾ ਜੀ। ਇਹ ਬਾਜੂ ਵਰਕ ਆਊਗਾ, ਰਾਮਟੈਕਸ ਦਾ ਸਟਾਫ ਆ ਜੀ, ਅਤੇ 5 ਮੀਟਰ ਜਿਹੜਾ ਸਟਾਫ ਕੱਪੜਾ ਹੈਗਾ ਗਾ ਸਾਰਾ। ਇਹਦਾ ਸੂਟ ਦਾ ਪ੍ਰਾਈਜ਼ ਹੈਗਾ ਜੀ 1000 ਰੁਪਏ ਪ੍ਰਾਈਜ਼ ਹੀ ਹੈ ਇਹ ਸੂਟ ਦਾ, 1000 ਰੁਪਇਆ ਪ੍ਰਾਈਜ਼ ਹੈ ਇਹ ਸੂਟ ਦਾ। ਜੇ ਤੁਹਾਨੂੰ ਪਸੰਦ ਦਾ ਸਕਰੀਨਸ਼ੋਟ ਲੈ ਕੇ ਤੁਸੀਂ ਘਰ ਬੈਠੇ ਸੂਟ ਦਾ ਜਿਹੜਾ ਮੰਗਵਾ ਸਕਦੇ ਹੋ ਜੀ। ਅਗਲਾ ਸੂਟ ਦਿਖਾਉਂਦੇ ਹਾਂ ਜੀ, ਇਹ ਸੂਟ ਆਪਾਂ ਨੇ ਪਹਿਲਾਂ ਵੀਡੀਓ ਬਣਾਈ ਸੀ, ਉਹਦੇ 'ਚ ਸਾਰੇ ਸੂਟ ਪਾਤੇ ਸੀ, 2 ਸੂਟ ਸਾਈਡ 'ਤੇ ਰਹਿ ਗਏ ਸੀਗੇ। ਅਤੇ ਇਹ ਹੈਗੇ ਆ ਜੀ ਟਾਈਡ ਅਤੇ ਆਪਣੇ ਟੈਬੀ ਲਾਈਨਿੰਗ ਦੇ ਸੂਟ। ਆਊਗਾ ਜੀ ਸ਼ਰਟ, ਬਹੁਤ ਸੋਹਣਾ ਸੂਟ ਹੈਗਾ, ਇਹ ਸ਼ਰਟ ਬਣੂਗੀ ਅਤੇ ਮਸਲੀਨ ਦੇ ਨਾਲ ਇਹਦੀਆਂ ਬੋਟਮਾਂ ਨੇ, ਬਹੁਤ ਸੋਹਣੇ ਸੂਟ ਦਾ ਕਲਰ ਬਹੁਤ ਜ਼ਿਆਦਾ ਸੋਹਣਾ, ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋਗੇ। ਅਤੇ ਇਹ ਸੂਟ ਦਾ ਪ੍ਰਾਈਜ਼ 1450 ਰੁਪਇਆ ਪ੍ਰਾਈਜ਼ ਰਹੂਗਾ ਜੀ, ਸੂਟ ਦਾ ਫ੍ਰੀ ਸ਼ਿਪਿੰਗ ਆ ਜੀ, 1450 ਰੁਪਇਆ ਪ੍ਰਾਈਜ਼ ਹੈ ਜੀ। ਅਤੇ ਨਾਲ ਇੱਕ ਕਲਰ ਇਹਦੇ ਵਿੱਚ ਹੋਰ ਆ, 2 ਕਲਰ ਨੇ ਜੀ, ਇੱਕ ਹੈਗਾ ਜੀ ਮਜੈਂਟਾ, ਬਹੁਤ ਸੋਹਣਾ ਡਿਜ਼ਾਇਨ ਆ ਇਹ, 1450 ਰੁਪਇਆ ਇਹਦਾ ਪ੍ਰਾਈਜ਼ ਰਹੂਗਾ ਜੀ ਸੂਟ ਦਾ। ਇਹ ਮਜੈਂਟਾ ਸਲਵਾਰ ਆ, ਪਿਓਰ ਮਸਲੀਨ ਦੀ ਵਿਸਕੋਸ ਮਸਲੀਨ ਦੀ ਸਲਵਾਰ ਆ ਜੀ, ਅਤੇ ਵਿਸਕੋਸ ਮਸਲੀ ਇਹਦਾ ਟਾਈਪ ਦੀ ਲਾਈਨਿੰਗ 'ਤੇ ਹੀ ਇਹਦੀਆਂ ਸ਼ਰਟਾਂ ਨੇ ਜੀ। ਜੇ ਤੁਹਾਨੂੰ ਪਸੰਦ ਆ ਸਕਰੀਨਸ਼ੋਟ ਲੈ ਸਕਦੇ ਹੋ ਅਤੇ ਆਪਣਾ ਔਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ। ਹਾਂਜੀ ਹਾਂਜੀ, ਉਮੀਦ ਆ ਜੀ ਤੁਹਾਨੂੰ ਆਪਣੇ ਸੂਟ ਆ ਜਿਹੜੇ ਪਸੰਦ ਆਏ ਹੋਣਗੇ ਜੀ, ਕੋਈ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ੋਟ ਲੈ ਕੇ ਆਪਣਾ ਔਡਰ ਤੁਸੀਂ ਦੇ ਸਕਦੇ ਹੋਗੇ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ। ਅਤੇ ਪਲੀਜ਼ ਰਿਕੁਐਸਟ ਆ ਜੀ ਸਾਰਿਆਂ ਨੂੰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ, ਅਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ।